ਨਾਮ ਆ ਤੁਹਾਡਾ ਮੱਲੇ ਦਾ ਨਾਮ ਕੀ ਹੈਗਾ ਇੱਕ ਡਬਲ ਮਰਡਰ ਮਾਮਲਾ ਹੈ ਕਿ ਮਰਡਰ ਹੈ ਕਿੰਨੀ ਉਮਰ ਹੈ ਕੀ ਮੈਟਰ ਹੈ ਇਹ ਜੀਟੀਬੀ ਨਗਰ ਹੈ ਜੀ ਸ੍ਰੀ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 2 ਕਰਤਾਰ ਅਕੈਡਮੀ ਹੈ ਜੀ ਵਿੱਚ ਹੀ ਰਹਿਸ਼ ਹੈ ਰੈਜ਼ੀਡੈਂਸ ਵੀ ਤੇ ਇਹ ਮਨੀ ਲੜਕਾ ਇਹਨਾਂ ਦਾ ਜਿਨ੍ਹਾਂ ਦੀ ਡੈਥ ਹੋਈ ਹੈ ਮਦਰ ਫਾਦਰ ਦੀ ਉਹਨਾਂ ਦਾ ਬੇਟਾ ਮਨੀ ਹੈ ਉਹ ਕਿਸੇ ਨੇ ਦੱਸਿਆ ਫੋਨ ਕਰਕੇ ਤੇ 7 ਤੋਂ 7:30 ਦੇ ਵਿੱਚ ਗੱਲ ਹੈ ਨਾਮ ਮੈਂ ਵੀ ਆਪ ਦੇਖਿਆ ਹੈ ਜਿਹੜੇ ਮਦਰ ਬੈਠਦੇ ਪਏ ਹੋਏ ਸੀਗੇ ਫਾਦਰ ਦੇ ਜਿੰਦੇ ਕੋਲ ਤੇ ਜੀ ਗਰੋਂ ਦੀ ਕੋਣੀ ਕਿੱਥੇ ਤੁਸੀਂ 67 ਆਈ ਥਿੰਕ ਸੋ 60-67 ਦੇ ਵਿੱਚ ਵਿੱਚ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਦੋਂ ਉਹਨਾਂ ਮੌਕੇ ਫੋਨ ਆਇਆ ਮਨੀ ਦਾ ਮੇਰੇ ਬ੍ਰਦਰ ਨੂੰ ਮੇਰੇ ਬ੍ਰਦਰ ਨੇ ਜਾ ਕੇ ਦੇਖਿਆ ਤਾਂ ਉਹਨੇ ਮੈਨੂੰ ਕਾਲ ਕੀਤੀ ਮੈਂ ਗੁਰੂ ਘਰ ਸੀਗਾ ਵਾਈਫ ਨਾਲ ਫਿਰ ਮੈਂ ਜਿਹੜੀ ਵਾਈਫ ਨਾਲ ਸੀ ਗਏ ਆ ਉੱਪਰ ਅਸੀਂ ਤੁਹਾਨੂੰ ਦੱਸਿਆ ਵੀ ਰੂਮ ਦੇ ਵਿੱਚ ਮਦਰ ਨੇ ਜਿਹੜੇ ਉਹ ਬੈੱਡ 'ਤੇ ਡਿੱਗੇ ਹੋਏ ਆ ਡੈਡ ਬੋਡੀ ਅਤੇ ਜਿਹੜੇ ਫਾਦਰ ਨੇ ਉਹ ਕਿਚਨ ਦੇ ਕੋਲ ਨੀਚੇ ਜ਼ਮੀਨ 'ਤੇ ਡੈਡ ਬੋਡੀ ਪਈ ਹੈ ਅਤੇ ਅਲਮਾਰੀਆਂ ਓਪਨਡ ਨੇ ਕੱਪੜੇ ਬਾਹਰ ਡਿੱਗੇ ਹੋਏ ਆ ਅਤੇ ਪਿਛਲਾ ਦਰਵਾਜ਼ਾ ਕਹਿੰਦੇ ਆ ਵੀ ਇੱਕ ਉਹ ਓਪਨ ਸੀਗਾ ਵੀ ਪਿੱਛੋਂ ਦੀ ਨਾ ਕੋਈ ਆਇਆ ਹੋਵੇ ਸਰ ਪਰਿਵਾਰ ਦੇ ਵਿੱਚ ਕੌਣ ਕੌਣ ਰਹਿੰਦੇ ਨੇ ਪਰਿਵਾਰ ਦੇ ਵਿੱਚ ਮਦਰ ਫਾਦਰ ਨੇ ਜੀ ਉਹਨਾਂ ਦਾ ਬੇਟਾ ਹੈ ਜਿਹੜਾ ਉਹ ਮੈਰਿਡ ਨੇ ਅਤੇ ਉਹਨਾਂ ਦੀ ਵਾਈਫ ਹੋ ਗਈ ਅਤੇ ਦੋ ਬੱਚੇ ਨੇ ਇੱਥੇ ਮਰਡਰ ਹੋਇਆ ਹੈਗਾ ਔਰ ਇਹਦੇ ਵਿੱਚ ਇਹਨਾਂ ਦੇ ਬੇਟੇ ਨੇ ਹੀ ਇਤਲਾਹ ਦਿੱਤੀ ਹੈਗੀ ਸੀ ਪੁਲਿਸ ਨੂੰ ਔਰ ਜੋ ਇੱਥੇ ਆ ਕੇ ਹਾਲਾਤ ਦੇਖੇ ਗਏ ਨੇ ਉਹਦੇ ਮੁਤਾਬਕ ਜੋ ਜੋ ਸਾਡੇ ਕੋਲ ਕੁਛ ਅਸੀਂ ਕਲੂਜ਼ ਲੈ ਸਕਦੇ ਹੈਗੇ ਹਾਂ ਉਹ ਸਾਨੂੰ ਕਲੂਜ਼ ਜੋ ਮਿਲੇ ਹੈਗੇ ਨੇ ਉਹਦੇ ਉੱਤੇ ਤਫਤੀਸ਼ ਚੱਲੇਗੀ ਉਹ ਔਰ ਜਲਦੀ ਹੀ ਤੁਹਾਨੂੰ ਜੋ ਸੱਚਾਈ ਦਾ ਖੁਲਾਸਾ ਹੈਗਾ ਉਹ ਕਰ ਦਿੱਤਾ ਜਾਏਗਾ ਸਰ ਇਹ ਕੌਮ ਸੀ ਜਿਹੜੇ ਬੰਦੇ ਜਿਹਨਾਂ ਦੀ ਡੈਥ ਹੋਈ ਇੱਕ ਰਿਟਾਇਰਡ 에ਅਰਫੋਰਸ ਦੇ ਮੁਲਾਜ਼ਮ ਸੀ ਇਹਨਾਂ ਦਾ ਇੱਥੇ ਇੱਕ ਸਕੂਲ ਵੀ ਹੈਗਾ ਉੱਥੇ ਸਕੂਲ ਕਰਤਾਰ ਕਨਵੈਂਟ ਸਕੂਲ ਕਿਉਂਕਿ ਇੱਥੇ ਨੇੜੇ ਹੀ ਹੈਗਾ 2008 ਤੋਂ ਚਲਾਉਂਦੇ ਸੀਗੇ ਇਹ ਔਰ ਥੱਲੇ ਇੱਕ ਇਹਨਾਂ ਦਾ ਬੁਟੀਕ ਸੀਗਾ ਇੱਕ ਜਿਹੜਾ ਕਿ ਕਾਫੀ ਦੇਰ ਤੋਂ ਬੰਦ ਪਿਆ ਹੈਗਾ ਸਰ ਕਿੰਨੀ ਕੇਜ ਸੀ ਤਕਰੀਬਨ ਇਹਨਾਂ ਦੀ 70 ਸਾਲ ਉਮਰ ਹੈ 67-68 ਸਾਲ ਕਹਿ ਰਹੇ ਸੀਗੇ ਕਿਉਂਕਿ ਇਹ 6-7 ਸਾਲ ਹੀ ਹੋਏ ਨੇ ਇਹਨਾਂ ਨੂੰ ਮੇਰੇ ਖਿਆਲ ਰਿਟਾਇਰ ਹੋਏ ਨੂੰ ਸਰ ਕਿਸ ਤਰ੍ਹਾਂ ਦੀ ਕੋਈ ਦੁਸ਼ਮਣੀ ਕੋਈ ਰੈਂਜਿਸ਼ ਸੀ ਇਹਨਾਂ ਦੀ ਦੇਖੋ ਫਿਲਹਾਲ ਹਲੀ ਤੱਕ ਕੁਝ ਨਹੀਂ ਆਇਆ ਲੇਕਿਨ ਜੋ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਸਾਹਮਣੇ ਆ ਰਹੀ ਹੈ ਉਹ ਇਹ ਹੈਗਾ ਕਿ ਵੀ ਕੋਈ ਵੀ ਸਾਈਨ ਆਫ ਸਟਰਗਲ ਜਾਂ ਸਕਫਲ ਨਹੀਂ ਹੈ ਡੈਡ ਬੋਡੀਜ਼ ਜਿਸ ਤਰੀਕੇ ਦੇ ਨਾਲ ਪਈਆਂ ਹੋਈਆਂ ਸੀਗੀਆਂ ਔਰ ਜਿਸ ਤਰੀਕੇ ਦੇ ਨਾਲ ਦੇਖੀਆਂ ਗਈਆਂ ਹੈਗੀਆਂ ਨੇ ਉਹਦੇ ਵਿੱਚ ਕੋਈ ਸਟਰਗਲ ਦਾ ਸਾਈਨ ਨਹੀਂ ਹੈ ਸੋ ਫਰੈਂਡਲੀ ਐਂਟਰੀ ਕੈਨੋਟ ਬੀ ਰੂਲਡ ਆਊਟ ਬਟ ਵੀ ਆਰ ਵਰਕਿੰਗ ਔਨ ਇਟ ਉਹ ਪੋਸਟਮਾਰਟਮ ਦੱਸੇਗਾ ਜੀ ਹਾਲੀ ਫਿਲਹਾਲ ਅਸੀਂ ਜੋ ਦੱਸ ਰਹੇ ਹਾਂ ਤੁਹਾਨੂੰ ਕਿ ਜੋ ਪੁਲਿਸ ਦੇ ਪਹਿਲੇ ਨਜ਼ਰੀਏ ਦੇ ਵਿੱਚ ਜੋ ਪ੍ਰਾਈਮ ਆਫਿਸਰ ਦੇਖਦਾ ਹੈਗਾ ਉਹ ਦੇਖਣ ਦੇ ਉੱਤੇ ਜੋ ਗੱਲਾਂ ਸਾਹਮਣੇ ਆਈਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਮੈਂ ਤੁਹਾਨੂੰ ਕਿਹਾ ਜੀ ਕੋਈ ਸਟਰਗਲ ਦਾ ਸਾਈਨ ਨਹੀਂ ਹੈ ਸਰ ਡੈਡ ਬੋਡੀ ਦੋਨੇ ਇਕੱਠੀਆਂ ਮਿਲੀਆਂਗੇ ਇੱਕ ਨਹੀਂ ਅਲੱਗ ਅਲੱਗ ਹੈ ਇੱਕ ਲੌਬੀ ਦੇ ਵਿੱਚ ਹੈ ਕਿਚਨ ਦੇ ਕੋਲ ਔਰ ਇੱਕ ਬੈਡਰੂਮ ਦੇ ਅੰਦਰ ਹੈਗੇ ਕੋਈ ਸੀਸੀਟੀਵੀ ਕੈਮਰੇ ਦੀ ਜਾਂਚ ਹੋਈ ਹੈ ਕੋਈ ਸਰ ਸੀਸੀਟੀਵੀ ਕੈਮਰਾ ਇੱਥੇ ਲੱਗੇ ਹੋਏ ਸੀਗੇ ਲੇਕਿਨ ਉਹਨਾਂ ਦਾ ਡੀਵੀਆਰ ਜਿਹੜਾ ਸੀ ਉਹ ਉੱਪਰ ਵਾਲੇ ਕਮਰੇ 'ਚ ਸੀ ਇਹਨਾਂ ਕੋਲ ਡੀਵੀਆਰ ਇੱਥੋਂ ਮਿਸਿੰਗ ਹੈਗਾ ਸਰ ਕੈਸ਼ ਕੁਛ ਕੁਛ ਉਦਾਂ ਦਾ ਉਹਦੇ ਬਾਰੇ ਹਾਲੇ ਤੱਕ ਕੋਈ ਐਸੀ ਰਿਪੋਰਟ ਨਹੀਂ ਹੈ ਸੋ ਜਿਹੜਾ ਕੋਈ ਵੀ ਸਮਾਨ ਉੱਥੋਂ ਥੋੜ੍ਹਾ ਜਿਹਾ ਖਿਲ ਰਿਹਾ ਮਿਲਿਆ ਹੈਗਾ ਉਹ ਬਹੁਤ ਹੀ ਮਾਮੂਲੀ ਤਰ੍ਹਾਂ ਦਾ ਔਰ ਇਸ ਤਰੀਕੇ ਦਾ ਲੱਗਦਾ ਜਿਵੇਂ ਕਿ ਉਹ ਆਪ ਹੀ ਖਿਲਾ ਰਿਹਾ ਹੁੰਦਾ ਹੈ ਸੋ ਇਸ ਕਰਕੇ ਕਈ ਕਲੂਜ਼ ਹੈਗੇ ਨੇ ਤੁਹਾਡੇ ਨਾਲ ਆਰਾਮ ਨਾਲ ਬਾਅਦ 'ਚ ਸ਼ੇਅਰ ਕਰਾਂਗੇ ਪਹਿਲਾਂ ਸਾਨੂੰ ਵਰਕ ਕਰ ਲੈਣ